ਲੰਬੜਦਾਰ ਨਛੱਤਰ ਸਿੰਘ ਦੇ ਘਰੇ ਜਾਣਾ ਜੀ। ਤੁਸੀਂ ਉਹਨਾਂ ਦੇ ਮੁੰਡੇ ਨੂੰ ਦੇਖਣ ਆਏ ਹੋ? ਹਾਂਜੀ ਹਾਂਜੀ, ਰਾਜਵੀਰ ਨੂੰ। ਤੁਹਾਡੇ ਵਾਸਤੇ ਹੋਊਗਾ ਰਾਜਵੀਰ ਸਿੰਘ, ਸਾਡੇ ਵਾਸਤੇ ਤਾਂ ਰਾਜਾ ਬੇਲੜਾ। ਲਓ ਜੀ, ਮੁੰਡਾ ਤਾਂ ਠੀਕ ਹੈ। ਸਤਿ ਸ਼੍ਰੀ ਅਕਾਲ। ਸੋਹਣਾ ਇਹ ਹੈ ਜੀ, ਮੇਰਾ ਪੁੱਤ ਰਾਜਵੀਰ, ਇਕਲੌਤਾ ਪੁੱਤ ਹੈ ਮੇਰਾ, ਪੂਰੀਆਂ 16 ਜਮਾਤਾਂ ਪੜ੍ਹਿਆ। ਫਿਰ ਜੀ, ਹਲੇ ਤੱਕ ਵਿਆਹ ਕਿਉਂ ਨਹੀਂ ਹੋਇਆ? ਉਹ ਵਿਆਹ ਤਾਂ ਤਾਂ ਹੋਊ ਜੇ ਕੋਈ ਕੁੜੀ ਦਿਓ, ਜਿਹੜਾ ਇੱਕ ਵਾਰੀ ਆਉਂਦਾ ਮੁੜ ਕੇ ਨਹੀਂ ਆਉਂਦਾ। ਆਵਾਜ਼ ਕਿੱਥੋਂ ਆਈ ਹੈ ਜੀ? ਆਵਾਜ਼ ਮੈਨੂੰ ਤਾਂ ਕੋਈ ਆਵਾਜ਼ ਨਹੀਂ ਸੁਣੀ। ਤੂੰ ਸੁਣੀ ਪੁੱਤ? ਨਾ, ਤੁਹਾਨੂੰ ਭੁਲੇਖਾ ਲੱਗਿਆ ਜੀ, ਮੇਰੇ ਖਿਆਲ ਕੋਈ ਆਵਾਜ਼ ਨਹੀਂ ਆਈ। ਭੁਲੇਖਾ ਲੱਗਿਆ ਹੋਣਾ। ਬੇਟਾ ਜੀ ਨੂੰ ਕਿੱਲੇ ਕਿੰਨੇ ਆਉਂਦੇ ਆ ਜੀ? ਉਹ ਮੱਝਾਂ ਬੰਨਣ ਵਾਲੇ ਹੀ ਆਉਂਦੇ ਆ 5-7, ਵਾਉਣ ਵਾਲੇ ਤਾਂ ਡੂੜ ਕੀ ਆ ਮਸਾਂ। ਸਰਦਾਰ ਸਾਹਿਬ, ਸਵਾਲ ਮੈਂ ਤੁਹਾਨੂੰ ਕਰਦਾ, ਜਵਾਬ ਬਾਹਰੋਂ ਆਉਂਦੇ ਆ। ਇਹ ਤਾਂ ਜੀ ਕੋਈ ਲਾਗ ਡਾਟ ਵਾਲਾ ਹੋਊਗਾ, ਆ ਤੁਹਾਡੇ ਸਾਹਮਣੇ ਹੀ ਹੈ। ਆ ਦੇਖੋ, ਆਹ 10 ਮੱਝਾਂ ਖੜੀਆਂ, ਦੁੱਧ ਦਾ ਵਧੀਆ ਕੰਮ ਹੈ ਸਾਡਾ, ਬਾਕੀ ਮੁੰਡੇ ਨੇ ਪਰਿਵਾਰ ਦੀ ਨੌਕਰੀ ਲਈ ਅਰਜੀ ਦਿੱਤੀ ਹੋਈ ਹੈ ਜੀ। ਫਿਰ ਤਾਂ ਬਹੁਤ ਵਧੀਆ ਹੋ ਜੂਗਾ। ਸਾਡੀ ਬੇਟੀ ਵੀ ਇਹੀ ਚਾਹੁੰਦੀ ਹੈ ਕਿ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ। ਸਰਕਾਰੀ ਨੌਕਰੀ ਤਾਂ ਦੇਰ ਸਵੇਰ ਮਿਲੀ ਜਾਣੀ ਹੈ ਮੇਰੇ ਪੁੱਤ ਨੂੰ। ਮੈਂ ਤੁਹਾਡੇ ਵੱਲੋਂ ਹਾਂ ਸਮਝਾਂ ਜੀ? ਫਿਰ ਸਾਡੇ ਵੱਲੋਂ ਗੱਲ ਪੱਕੀ ਸਮਝੋ। ਹਾਂਜੀ ਹਾਂਜੀ। ਅੱਛਾ ਜੀ, ਕੋਈ ਚੰਗਾ ਜਿਹਾ ਦਿਨ ਦੇਖਦੇ ਸ਼ਗਨ ਲਈ। ਚੰਗਾ ਭਾਈ, ਸਤਿ ਸ਼੍ਰੀ ਅਕਾਲ। ਚਲੋ ਸ਼ਾਬਾਸ਼। ਉਹ ਵਧਾਈਆਂ ਲੰਬੜਦਾਰਾ, ਅੱਜ ਫਿਰ ਹੋ ਹੀ ਗਈ ਜੱਗੋ 13ਵੀਂ। ਕੀ ਮਤਲਬ? ਮਤਲਬ ਸਾਫ ਆ ਜੀ, 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਰੂੜੀ ਦੀ? ਧੰਨਵਾਦ ਤੁਹਾਡਾ ਸਰਦਾਰ ਜੀ, ਤੁਸੀਂ ਕਦਰ ਪਾਈ ਆ ਰੂੜੀ ਦੀ। ਉਹ ਵੀ 13ਵੀਂ ਵਾਰ? 13ਵੀਂ ਵਾਰ? ਨਹੀਂ ਭੈਣ ਜੀ, ਇਹੋ ਜਿਹੀ ਕੋਈ ਗੱਲ ਨਹੀਂ। ਤੁਹਾਨੂੰ ਮੈਂ ਲੰਬੜਦਾਰ ਜੀ, ਬੀਬੀ ਦੀ ਗੱਲ ਤੇ ਨਾ ਜਾਇਓ, ਅਸੀਂ ਘਰੇ ਰਾਇ ਕਰਕੇ ਦੱਸਾਂਗੇ। ਹਾਂਜੀ, ਚਲੋ, ਸਤਿ ਸ਼੍ਰੀ ਅਕਾਲ। ਉਹ ਫੇਰੇ ਦੇਣੀ ਦਿਆ, ਤੈਨੂੰ ਚੰਗਾ ਭਲਾ ਪਤਾ ਵੀ ਸਾਡਾ ਸਾਰਾ ਗੁਆਂਢ ਭਾਣੀ ਮਾਰਾਂਦਾ ਹੈ। ਹੈ, ਫਿਰ ਤੂੰ ਬਾਹਰ ਰਾਖੀ ਕਿਉਂ ਨਹੀਂ ਕੀਤੀ? ਇੱਥੇ ਸਿਰ ਤੇ ਕਿਉਂ ਖੜਾ ਸੀ ਮੇਰੇ ਅੱਗੇ? ਬਾਪੂ, ਕੀ ਬਣਿਆ? ਕੀ ਬਣਿਆ? ਓਏ, ਉਹੀ ਕੁਝ ਬਣਿਆ ਜੋ ਪਹਿਲਾਂ ਬਣਦਾ ਆਇਆ, ਕੋਈ ਨਵੀਂ ਗੱਲ ਨਹੀਂ ਹੋਈ। ਨਾ ਤੂੰ ਟੀਂਡੇ ਲੈਣ ਆਇਆ ਸੀ? ਸਰਦਾਰ ਜੀ, ਸਿੱਕਰ ਤੁਹਾਡਾ ਆਪਣਾ ਖੋਟਾ ਹੈਂਗਾ, ਤੁਸੀਂ ਮੈਨੂੰ ਐ ਵੀ ਝਿੜਕੀ ਜਾਂਦੇ ਹੋ। ਥੱਪੜ ਵਾਂਗੂ ਸਾਲੇ ਦੇ। ਓਏ ਓਏ, ਕਮਲੇ ਦਾ ਪੁੱਤਾ, ਸ਼ਰਮ ਕਰ ਲੈ ਪੂਰਾ। ਹੋਰ ਤਾਂ ਭਈਆ ਵੀ ਤੈਨੂੰ ਖੋਟਾ ਸਿੱਕਾ ਕਹਿਣ ਲੱਗ ਪਿਆ। ਓਏ, ਜੇ ਤੈਨੂੰ ਨੌਕਰੀ ਨਹੀਂ ਮਿਲਦੀ, ਖੇਤੀ ਕਰ ਲੈ। ਨਾ, ਮੈਂ ਡਿਗਰੀ ਕਰਕੇ ਹੁਣ ਖੇਤਾਂ 'ਚ ਨੱਕੇ ਮੋੜਦਾ ਫਿਰ? ਬੱਤੀ ਬਣਾ ਲੈ ਡਿਗਰੀ ਦੀ, ਕੰਨ ਖੋਲ ਕੇ ਮੇਰੀ ਗੱਲ ਸੁਣ ਲੈ। ਬਹੁਤ ਹੋ ਗਿਆ ਹੁਣ, ਮੈਥੋਂ ਨੀ ਪਕਾ ਪਕਾ ਖੁਆ ਹੁੰਦੀਆਂ, ਕੱਲ ਤੋਂ ਬਾਅਦ ਡੰਗਰਾਂ ਦੀਆਂ ਧਾਰਾਂ ਤੂੰ ਕੱਢੇਗਾ, ਸਮਝਿਆ? ਓਏ, ਤਾਂ ਕੋਠਿਆ ਨੀ ਤੂੰ ਐ ਬੋਲਦਾ? ਓਏ, ਸੁਣਦਾ ਨੀ ਤੈਨੂੰ, ਉੱਠ। ਓਏ, ਮੈਂ ਤੈਨੂੰ ਕਿਹਾ ਸੀ ਮੱਝਾਂ ਦੀਆਂ ਧਾਰਾਂ ਤੂੰ ਕੱਢਣੀਆਂ। ਕੱਢ ਲੈਣਾ ਪਹਿਲਾਂ, ਚਾਹ ਦਾ ਪੀ ਲਾਂ। ਆ ਦੇਖ, ਪਹਿਲਾਂ ਹੀ ਮੱਝਾਂ ਦੇ ਰਿੰਗ ਰਿੰਗ ਢਾਟ ਪਾਇਆ ਹੋਇਆ, ਅਖੇ ਚਾਹ ਤਾਂ ਪੀ ਲਾਂ। ਓਏ, ਧਾਰਾਂ ਕੱਢੇਗਾ ਤਾਂ ਹੀ ਚਾਹ ਬਣੂ। ਤੜਕੀ ਤਪੇ ਫਿਰਦੇ। ਓਏ, ਉੱਠ ਕਰ ਹੁਣ, ਪਾ ਲੈ ਮੌਜੇ। ਪਾਉਣਾ? ਉਹ ਬਾਂਸੀ, ਬਾਂਸੀ ਬੂੰਸੀ ਕੋਈ ਨੀ, ਤੂੰ ਕੱਢਣੀਆਂ ਧਾਰਾਂ। ਲੱਗਦਾ ਬਾਂਸੀ ਦਾ ਹੋਇਆ। ਬਾਂਸੀ ਓਏ, ਆ ਬਾਲਟੀ ਫੜਾਈ, ਫੜਾ ਦੇ ਹੁਣ ਝਾਂਜਰਾਂ ਪਾਈਆਂ, ਕਿਵੇਂ ਹੌਲੀ ਹੌਲੀ ਆਉਂਦਾ। ਓ ਕਮਲੇ ਦਾ ਪੁੱਤਾ, ਓ ਭੈੜੀਏ ਲਾਦੇ, ਅੱਜ ਤੈਨੂੰ ਬੂਥਾ ਚੱਕਿਆ ਨਾ, ਆ ਤੇਰਾ ਪਿਓ ਝੋਟਾ, ਉਧਰ ਮੱਝਾਂ ਮਰ ਮਰ। ਜੇ ਇੰਨਾ ਹੀ ਔਖਾ ਨਾ, ਮੈਥੋਂ ਹੀ ਨਿਕਲ ਗਿਆ ਘਰਾਂ ਦੂਰ। ਉਹ ਬੇਲਾ ਭਈਆ ਕਰੇ ਵਾਸਤੇ ਰੱਖਿਆ। ਨੰਦੇ ਭਈਆ ਰੱਖ ਲਿਆ, ਤੂੰ ਨੀ ਡੱਕਾ ਤੋੜ ਕੇ ਦੂਰਾ ਕਰਨਾ। ਹਾਏ ਰੱਬਾ, ਉਹ ਮੇਰੇ ਪਿਓ ਨੇ ਕਿੰਨੇ ਚਾਅ ਨਾਲ ਮੇਰਾ ਨਾਂ ਰੱਖਿਆ ਸੀ, ਨਛੱਤਰ ਸਿੰਘ। ਉਹਨੂੰ ਕੀ ਪਤਾ ਸੀ ਵੀ ਮੇਰਾ ਨਛੱਤਰਾਂ ਜਾਂ ਸ਼ਨੀ ਬਹਿ ਜੂ ਆ ਕੇ? ਜੇ ਨਹੀਂ ਔਖਾ, ਚਲੇ ਜਾਂਦਾ। ਨਿਕਲ ਹੁਣੇ, ਭੱਗ ਜਾ ਮੇਰੇ ਘਰ ਤੋਂ, ਸ਼ਕਲ ਨਾ ਦਿਖਾਈ ਮੈਨੂੰ ਆ ਕੇ ਆਪਣੀ। ਦੇਖ ਲੈ, ਜੇ ਮੈਂ ਚਲੇ ਗਿਆ ਨਾ ਤਾਂ ਤੇਰੀ ਕੁੱਲ ਨਹੀਂ ਚੱਲਣੀ। ਉਹ ਕੁੱਲ ਤਾਂ ਸਹੁਰਿਆ ਤਾਂ ਚੱਲੂ, ਜੇ ਤੈਨੂੰ ਕੁੜੀ ਦਊ ਕੋਈ। ਇੰਨੀ ਬੇਇੱਜ਼ਤੀ? ਬਸ ਹੁਣ ਤਾਂ ਮੈਂ ਪੱਕਾ ਚੱਲਿਆ, ਬਾਲ ਨਾ ਮਾਰੀ, ਕਦੇ ਨਹੀਂ ਮੁੜ ਕੇ ਆਉਂਦਾ ਹੁਣ ਮੈਂ। ਅੱਜ ਤਾਂ ਹੱਦੀ ਕਰਤੀ ਬੁੜੇ ਨੇ, ਹੁਣ ਨਹੀਂ ਮੁੜਦਾ ਮੈਂ। ਪੱਕਾ ਫੈਸਲਾ ਤੇਰਾ? ਹਾਂ, ਮੇਰਾ ਪੱਕਾ ਫੈਸਲਾ ਹੈ। ਬਾਲ ਨਾ ਮਾਰੀ ਫਿਰ। ਓਏ ਓਏ, ਜੇ ਆਂਸਰ ਨਾ ਆਪਣੇ ਪਿਓ ਦੀ, ਮੁੜ ਕੇ ਨਹੀਂ ਪੁੱਤ ਮੇਰਿਆ। ਕੌਣ ਆ ਬਈ? ਜੇ ਮੈਂ ਇਹੀ ਗੱਲ ਤੈਨੂੰ ਪੁੱਛਾਂ ਫਿਰ? ਲੋਕੀ ਸਾਲੇ ਚੈਨਾ ਮਰਨ ਨਹੀਂ ਦਿੰਦੇ। ਜਾ ਤਰਦਾ ਹੋ ਕਿਉਂ? ਪਟੜੀ ਤੇਰੇ ਪਿਓ ਦੀ ਹੈ, ਤੂੰ ਇਕੱਲਾ ਹੀ ਮਰ ਸਕਦਾ। ਅੱਛਾ, ਤਾਂ ਤੂੰ ਵੀ ਮਰਨਾ ਹੈ ਨਾ? ਹੋਰ ਕੀ, ਮੈਂ ਇੱਥੇ ਨਾਨਕੇ ਆਇਆ, ਮਰਨੀ ਆਇਆ। ਹਾਏ ਓਏ,
यार ट्रेन कदों का आऊगी यार? 2 घंटे हो गए हजे तक तो आई नहीं। अच्छा यार इस मुल्क च मरना केड़ा सौखा है, मरन लई भी वेट करनी पैंदी है। चल हुण साथ हो गया, गल्लां बातां करदे टाइम पास हो जो। वैसे तू मरन क्यों आया? 5 साल हो गए डिग्री चाके धक्के खांदे फिरदे नूं, कोई नौकरी नहीं, नौकरी बिना कोई शोकरी नहीं दिंदा। उत्तों बापू कहिंदा डिग्री दी 32 बना ला। तां ही डिग्री देण वेले पूकड़ा जिहा बना के दिंदे आ, 32 बनाउणी सौखी रहिंदी आ ना। मित्रा जिही हाल रहा ना तां अपने देश दे विच जिहड़ियां डिग्रियां ने ना वह 32 बनाउण दी कम आउणगियां। सही गल है। चल मेरा छड, तू दस तू क्यों मरना आया है? आ गया मेरा पुत, आ ले रोटी खा ला, लेंदी लेंदी। दे मैं सारी रोटी भी बना ली ते तू हाले तई बुरकी भी नहीं तोड़ी। खा लेना रोटी, भजी जांदी आ किते। तू वेलड़ दा सारा दिन पिंड दे कोले कछदा फिरदा रहना, आथणे वेले सिर आके ते तो रोटी भी नहीं चुलसी जांदी, नाले आ के सारा दिन इहदे ते आ ठुग्गा जिहा मारी जांदा। ओ बेबे चैटिंग कर रहा। प्यो ना तेरा सारी उम्र मिट्टी नाल मिट्टी हुंदा रहा, मेहनत मजदूरी करदा आखिर नूं मिट्टी च मिल गया, ते तू बेशर्मा क्यों सारा दिन ऐसे नूं चट्टी जांदा है? चट्टी नहीं हुंदा बेबे, चैटिंग हुंदा है। वे क्यों तू मेरा लहू पीता है? तेनूं पढ़ाया लिखाया ऐसे करके है वे, तू डक्का भी तोड़ के दूरा ना करे। ओ बेबे हले तक खान खेडण दे देने जवाक दे। वे हड़वोच जिहे आ, होर किन्नी क देर खेडेगा, बद के तां पहला बोते जिड्डा होया पे। वे क्यों तू मेरा लहू पीता है? आ बन्ने तेरे अगे हथ है, मैनूं बख्श दे। ते ओ तेरा आप तां तुर गया, मैनू छड़ गया इत्थे तंद पिटण नूं। चंगा हुंदा मैं वी नाले तुर जांदी, आ दिंदा ना देखणे पैंदे। हाय मैं तू कित्थे तुर गया मैनू छड़ के। मुक गई नी मेरे बीचो यारो, अज कोई अमली दा डंग सारो साडी रुसी परे करतारो। ए फोट अन्ना जुलाह मां नाल मशकरियां। ओ देखो काका थोड़ा पासे होके लंघ जा। पासे दी ता लंघू सरपंचा, जे राह बचया हो कि मैं मछरिया करता है। पिंकी जान, पिंकी जान पता तेरे ना गल करन किथे आया? मोटर ते करे तो यार बेबे टंबा चख लेंदी आ। तेनु तो पता ही है बाबू, जिन्ना चिर तेरे ना गल ना कर ला मैनु चैन ही नहीं मिलदा। एक मिनट होल करी। हेलो रिंपी जान, पता तेरे ना गल करन किथे आया? किथे? मोटर ते करे तो यार बेबे टंबा चक लेंदी आ। तैनू तो पता ही है बाबू, जिन्ना चिर तेरे नाल गल ना कर ला मैनू चैन ही नहीं मिलदा। एक मिनट होल्ड करी। हेलो पिंकी, और सुना रोटी खा ली मेरी गोलो ने? ओ हाय मैं मर जा, इधर भी यही हाल है। एक मिनट होल्ड करी। हेलो पिंकी। पिंकी कौन? पिंकी इदा मतलब कोई पिंकी भी हैगी आ? तेनु पिंकी सुनया? ओ मैं तो रिंपी क्या सी। हां साला मोबाइल नेटवर्क दा भी सरा ही पिया, कई दा कुछ होर है ते सुनाउंदे कुछ होर ने। हाय मैं तो कुछ होर ही समझ गई सी। गलत समझ गई सी। होर सुना रोटी खा ली मेरी गोलो ने? हाय तेरे नाल गल करके तो मेरी सारी भुखी मर जांदी आ। इधर भी यही हाल है। चंगा एक किसी तो कर दे। हाय कित्थे है तेरा रांझा पुत बुढ़िए? वे की होया विकरा, क्यों रौला पाया? बाहर कड्ढे नूं वड्डे कीले नूं, मैं अज इहदे सड़े दे टकरे टकरे करके जाने दे। ओ पटमेली पैणा घर वड़दा कित्थे है? हैं मैं हुण की चद चढ़ाता उहने। पर साड़ी रिंपी ना फोन ते लुचियां गल्ला करदा। हूं मैं मर गई। वे लुचियां गल्ला? मेरा मतलब पुठियां गल्ला करदा। वे बिकरा वे मैं ता आप सती पई है ओदे तो, पता नहीं केड़ी कलैणी घड़ी सी जिद्दण ओ चंद्रा मेरे घर जम्मे है, नहीं तां मैं लांबे लेके आउंदा है। आण दे ओनू मन्नो दे जाणे नू घरे, मैं करदी ओदी चित्तर परेड। ना 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 ताई हुण करे गल नहीं सरनी, हुण तां मैं पंचायत इकट्ठी करूं। करतार करे तेरे पुत दीआं पहलां ही बहुत शिकायतां आ चुकियां, मैं सोचिया सी वी सुधर जाऊ, पर हुण
ਹੁਣ ਤਾਂ ਇਹਨੇ ਹੱਦ ਹੀ ਕਰਤੀ। ਸਰਪੰਚ ਸਾਹਿਬ, ਮੈਂ ਤਾਂ ਆਪ ਸਤੀ ਪਈਆਂ ਇਹਦੀਆਂ ਕਰਤੂਤਾਂ ਤੋਂ। ਹੁਣ ਤਾਂ ਜੀ ਮੇਰੇ ਹੱਥ ਖੜੇ ਹੋ ਗਏ, ਹੁਣ ਤਾਂ ਪੰਚਾਇਤ ਹੀ ਸੁਧਾਰੇ ਇਹਨੂੰ। ਪੰਚਾਇਤ ਸੁਧਾਰਿਆ ਨਹੀਂ ਸੁਧਾਰਿਆ ਇਹਨੇ, ਹੁਣ ਤਾਂ ਇਹਨੂੰ ਪੁਲਿਸ ਦੇ ਹਵਾਲੇ ਕਰਨਾ ਪਊ। ਐ ਕਿਵੇਂ ਕਰ ਦੋਗੇ ਪੁਲਿਸ ਦੇ ਹਵਾਲੇ? ਸਬੂਤ ਕੀ ਹੈ ਤੁਹਾਡੇ ਕੋਲ? ਸਬੂਤ ਵੀ ਦੇ ਦਿੰਦੇ ਹਾਂ। ਪੰਚ ਸਾਹਿਬ, ਇਹਦਾ ਮੋਬਾਈਲ ਚੈੱਕ ਕਰੋ, ਇੱਥੋਂ ਪਤਾ ਲੱਗੂ। ਉਹ ਲਿਆ ਫੜਾ ਉਰੇ, ਬੜਾ ਸਿਆਣਾ ਬਣਦਾ। ਦੇਖੋ, ਇਹਨੂੰ ਤਾਂ ਲੌਕ ਲੱਗਿਆ ਹੋਇਆ, ਇਹਦਾ ਪਾਸਵਰਡ ਕੀ ਆ ਓਏ? ਮੈਂ ਕਿਉਂ ਦੱਸਾਂ? ਉਹ ਤੂੰ ਨਹੀਂ ਦੱਸੇਗਾ ਤਾਂ ਹੋਰ ਕੌਣ ਦੱਸੂ? ਦੱਸ। 0420 ਜਿਹਾ ਜਿਹਾ ਬੰਦਾ, ਉਹ ਜਿਹਾ ਪਾਸਵਰਡ 420 ਲਿਆ। ਮੈਂ ਸਾਡੀ ਰਿੰਪੀ ਦੇ ਮੋਬਾਈਲ 'ਤੇ ਨੰਬਰ ਡਾਇਲ ਕਰਕੇ ਦੇਖ। ਪੁਰਜਾ ਨੰਬਰ 3 ਮੇਰੀ ਕੁੜੀ ਦੀ ਮਰ ਜੇ ਵੀ ਤੂੰ ਥੇ ਹੋਣੇ ਆ, ਇਸ ਉਮਰੇ ਮੇਰੇ ਝਾਟੇ ਚ ਖੇਪ ਪਾਉਣ ਵਾਲੇ ਆ। ਮੈਂ ਤੇਰੇ ਵਰਗੀ ਗੰਦੀ ਲਾਤ ਤੋਂ ਤਾਂ ਮੈਂ ਬੇਲਾਦੀ ਚੰਗੀ ਸੀ। ਕਰਤਾਰ ਕੌਰੇ, ਉਹ ਤੂੰ ਪਿੱਛੇ ਹਟ ਜਾ, ਅੱਜ ਅਸੀਂ ਇਹਨੂੰ ਬੰਦੇ ਦਾ ਪੁੱਤ ਬਣਾ ਕੇ ਭੇਜਾਂਗੇ। ਹੁਣ ਦੇਖੋ, ਪੁਰਜਾ ਨੰਬਰ 1 ਕੌਣ ਹੈ? ਪੁਰਜਾ ਨੰਬਰ 1 ਓਏ, ਉਹ ਕੀ ਹੋ ਗਿਆ? ਉਹ ਬੋਲਦੇ ਨਹੀਂ, ਬੋਲੋ ਯਾਰ ਕੌਣ ਹੈ? ਉਹ ਛੱਡੋ ਸਰਪੰਚ ਸਾਹਿਬ, ਕੀ ਕਰੋਗੇ ਪੁੱਛ ਕੇ? ਮੈਂ ਸਾਰੇ ਪਿੰਡ ਦਾ ਸਰਪੰਚ ਆ, ਮੈਨੂੰ ਪਤਾ ਹੋਣਾ ਚਾਹੀਦਾ ਪੁਲਿਸ ਦਾ ਨੰਬਰ 1 ਕੌਣ ਹੈ। ਤੁਹਾਡੀ ਉਹ ਗੁੱਡੀ ਹੈ ਸਰਪੰਚ ਸਾਹਿਬ।